ਅਸੀਂ ਸਾਨੂੰ ਪਤਾ ਹੈ ਕਿ ਹਾਰਵੈਸਟਿੰਗ ਸਿਸਟਮ ਹੈ ਕਣਕ ਇੱਕਦਮ ਆ ਜਾਂਦੀ ਹੈ 5-7 10 ਦਿਨ ਦੇ ਵਿੱਚ ਮਾਲ ਚੁੱਕਣਾ ਪੰਜਾਬ ਸਰਕਾਰ ਨੂੰ ਅਸੀਂ ਉਹਨਾਂ ਨਾਲ ਸਹਿਮਤ ਆ ਪਰ ਜੇ ਕਣ ਮਹੀਨਿਆਂ ਬੱਧੀ ਅਸੀਂ ਰਾਖੀ ਕਰੀ ਅਸੀਂ ਨਹੀਂ ਕਰ ਸਕਦੇ ਕਾਨੂੰਨ ਇਹ ਗੱਲ ਕਹਿੰਦਾ ਕਿ 72 ਘੰਟੇ ਤੋਂ ਬਾਅਦ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਇਹਨਾਂ ਨੇ ਵਜਨ ਚੈੱਕ ਕਰਨਾ ਉਹ ਵੀ ਆਫਟਰ ਦਾ ਪੇਮੈਂਟ ਇਮੀਡੀਏਟ ਤੁਰੰਤ ਟੋਲ ਤੋਂ ਬਾਅਦ 24 ਘੰਟੇ ਦੇ ਵਿੱਚ ਇਹ ਟੈਸਟ ਕਰ ਸਕਦੇ ਵਜਨ ਪੂਰਾ ਉਸ ਤੋਂ ਬਾਅਦ ਹੀ ਕਰ ਸਕਦੇ ਪਰ ਅਸੀਂ ਤਾਂ ਉਹਨਾਂ ਨੂੰ ਆਫਰ ਦਿੱਤੀ ਕਿ 72 ਘੰਟੇ ਦੀ ਜ਼ਿੰਮੇਵਾਰੀ ਸਾਡੀ ਹੈ ਵਜਨ ਦੀ 2-400 ਗ੍ਰਾਮ 500 ਗ੍ਰਾਮ ਜੇ ਘਟਦਾ ਹੈ ਮੌਸਮ ਦੀ ਮਾਰ ਨਾਲ ਗਰਮੀ ਜ਼ਿਆਦਾ ਪੈ ਗਈ ਤਾਂ ਉਹ ਅਸੀਂ ਨਹੀਂ ਦੇਣਾ ਜੇ ਸਾਡਾ ਆਰਤੀ ਕੋਈ ਬੇਮਾਨੀ ਕਰਦਾ ਹੈ 2-4-5 ਕਿਲੋ ਲੇਬਰ ਕੱਢਦੀ ਹੈ ਜਾਂ ਸਾਡਾ ਆਰਤੀ ਬੇਮਾਨ ਹੈ ਉਹਦੇ ਨਾਲ ਅਸੀਂ ਨਹੀਂ ਖੜੇ ਆਰਤੀ ਵਰਗ ਬਿਲਕੁਲ ਉਹ ਤੁਸ਼ਾ ਹੈ ਲੇਕਿਨ ਜੇ ਸਾਡੀ ਕੁਦਰਤੀ ਗਰਮੀ ਵਧਣ ਦੇ ਨਾਲ ਟੈਂਪਰੇਚਰ ਵਧਣ ਨਾਲ ਕਣਕ ਸੁੱਕਦੀ ਹੈ 12% ਦੀ ਖਰੀਦੀ ਕਣਕ 10-9% ਮੰਡੀ ਲਿਫਟਿੰਗ ਦੇ ਟਾਈਮ ਤੇ ਹੁੰਦੀ ਹੈ ਉਹ ਅਸੀਂ ਕਾਟ ਨਹੀਂ ਦੇ ਪ੍ਰਧਾਨ ਜੀ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਠੇਕੇਦਾਰਾਂ ਦੇ ਪੈਸੇ ਖਾਵਾਂਗੇ ਅਸੀਂ ਹੁਣ ਲੋਕ ਜਾਗ ਚੁੱਕੇ ਆ ਲੋਕਾਂ ਨੇ ਵੀ ਆੜਤੀਆਂ ਨੇ ਵੀ ਸੋਚ ਲਿਆ ਵੀ ਅਸੀਂ ਆਪਣੀ ਜੇਬ ਦੇ ਵਿੱਚੋਂ ਇਹ ਪੈਸੇ ਨਹੀਂ ਦੇਣੇ ਆਪਦੀ ਕਮਾਈ ਦੇ ਬੱਚਿਆਂ ਦੇ ਪਾਲਣ ਵਾਸਤੇ ਜੇ ਪੈਸੇ ਕਮਾਉਣੇ ਆ ਤਾਂ ਇਹ ਨਹੀਂ ਵੀ ਠੇਕੇਦਾਰੀ ਸਿਸਟਮ ਦੇ ਵਿੱਚ ਅਸੀਂ ਪੈਸੇ ਗਵਾ ਦਈਏ ਠੇਕੇਦਾਰ ਨੂੰ ਠੇਕਾ ਲੈਣ ਵੇਲੇ ਸੋਚਣਾ ਚਾਹੀਦਾ ਸੀ ਵੀ ਰੇਟ ਉਹ ਪੂਰੇ ਤਾਂ ਲੈਂਦੇ ਸਰਕਾਰ ਦਾ 120% ਬਾਬਤੇ ਜਿਹੜੀ ਆਪਣਾ ਕਾਨੂੰਨ ਹੈ ਇਹਨਾਂ 88% ਦੇ 82% ਤੇ ਲੈ ਲਿਆ ਜੇ ਅੱਜ ਘਾਟਾ ਪੈਂਦਾ ਤਾਂ ਉਹ ਠੇਕੇਦਾਰ ਨੇ ਜਿਹਨੇ ਕਮਾਈਆਂ ਕੀਤੀਆਂ ਉਹ ਇਸ ਗੱਲ ਨੂੰ ਫੋਰਡ ਕਰੇ ਸਾਡਾ ਕੀ ਕਸੂਰ ਇਸ ਗੱਲ ਦੇ ਵਿੱਚ ਹੁਣ ਗੱਲ ਸੈਲੋ ਵਾਲੀ ਗੱਲ ਹੈ ਅਸੀਂ ਤਾਂ ਕਹਿੰਦੇ ਸਰਕਾਰ ਲਾਵੇ ਸੈਲੋ ਸਾਨੂੰ ਕਿਤਰਾ ਜਾ ਅਸੀਂ ਤਾਂ ਕਣਕ ਵੇਚਣੀ ਹੈ ਜ਼ਿੰਮੇਦਾਰ ਦੀ ਹੁਣ ਸਟੋਰ ਕਰਨਾ ਸਰਕਾਰ ਨੇ ਕਿਤੇ ਕਰਨਾ ਸੈਲੋ 'ਚ ਕਰਨਾ ਓਪਨ 'ਚ ਕਰਨਾ ਕਵਰ ਕਡਾਊਨ 'ਚ ਕਰਨਾ ਇਹ ਰਿਸਪੋਂਸੀਬਿਲਟੀ ਸਰਕਾਰ ਦੀ ਹੈ ਸਾਡਾ ਉਹਨਾਂ ਕੋਈ ਲੈਣਾ ਨਹੀਂ ਹੁਣ ਗੱਲਬਾਤ ਕਿਸੇ ਬੰਦੇ ਸਿਰੇ ਚੜ ਰਹੀ ਹੈ 10 ਮਿੰਟ ਦਾ ਉਹਨਾਂ ਟਾਈਮ ਲਿਆ ਜਿਹੜੀ ਆਪਣਾ ਅਫਸਰ ਸ਼ਾਹੀ ਉਹ ਗੱਲਬਾਤ ਕਰ ਰਹੀ ਹੈ ਮੈਨੂੰ ਆਉਂਦਿਆਂ ਪਤਾ ਲੱਗਾ ਕੁਛ ਵਿੱਚੋਂ ਅਫਸਰ ਜਿਹੜੀ ਅਫਸਰ ਸ਼ਾਹੀ ਬਗਾਉਂਦੇ ਸੀ ਵੀ ਇਨਸਾਂਸ ਕੈਂਸਰ ਕਰ ਦਾਂਗੇ ਮੈਂ ਕਿਹਾ ਤੁਸੀਂ ਇਨਸਾਂਸ ਜਿਹੜੇ ਇਕੱਲੇ ਭਿੱਖੀ ਵੜ ਖਾ ਲੜੇ ਹਰੀਕੇ ਦੇ ਕਿਉਂ ਕਰਦੇ ਪੂਰੇ ਪੰਜਾਬ ਦੇ ਲਿਆ ਕੇ ਸਿਰ ਤੁਹਾਡੇ ਅੱਗੇ ਰੱਖਦੇ ਨੇ ਕਰ ਦਿਓ ਕੈਂਸਰ ਸਾਨੂੰ ਇਹੋ ਜਿਹੀ ਨਾ ਧਮਕੀ ਦੇਣ ਦੀ ਲੋੜ ਨਾ ਹੀ ਕਦੇ ਡਰ ਰਹੇ ਅਸੀਂ ਪਹਿਲਾਂ ਵੀ ਲੜਾਈਆਂ ਲੜੀਆਂ ਹੁਣ ਵੀ ਲੜਾਂਗੇ ਡੈਮੋਕ੍ਰੇਸੀ ਦਾ ਇਹੀ ਹੱਲ ਹੈ ਕਿ ਆਪਣੀ ਆਵਾਜ਼ ਉਠਾਉਣੀ ਹੈ ਧਰਨਾ ਮੁਜ਼ਾਹਰਾ ਕਰਾਓ ਅਸੀਂ ਵੀ ਕਰਾਂਗੇ ਜੇ ਸਾਡੇ ਹਿੱਤਾਂ ਦੇ ਨਾਲ ਖਿਲਵਾੜ ਹੋਏਗਾ ਅਸੀਂ ਕੋਈ ਸਾਨੂੰ ਲਸੰਸਾਂ ਸੁਸਾਂ ਦੀ ਪ੍ਰਵਾਹ ਨਹੀਂ ਲਸੰਸ ਦਾ ਕਾਗਜ਼ ਦਾ ਟੁਕੜਾ ਜਦੋਂ ਮਰਜ਼ੀ ਕਰ ਸਕਦੇ ਆੜਤੀਆਂ ਤੇ ਕੰਟਰੈਕਟਰ ਦੀ ਆਪਸ ਵਿੱਚ ਹੱਲ ਕਰਨਾ ਬੋਲੀ ਇਸ ਵੇਲੇ ਮੌਸਮ ਵੀ ਉਹੋ ਜਿਹਾ ਚੱਲ ਰਿਹਾ 50 ਲੱਖ ਦੇ ਲਗਭਗ ਦੱਸੇ ਜਾ ਰਹੇ ਕਿ ਇੱਥੇ ਜਿਹੜੀ ਨੇ ਬੀਜ ਦੀ ਜਿਹੜੀ ਬੋਰੀਆਂ ਨੇ ਉੱਥੇ ਪੈਂਡਿੰਗ ਨੇ ਤੇ ਟੈਂਡਰ ਜਿਹੜਾ ਟੈਂਡਰਕਾਰ ਹੈ ਉਹਦੀ ਲਾਸਟ ਪੇਮੈਂਟ ਵੀ ਕਹਿੰਦੇ ਬਕਾਇਆ ਤੇ ਹੁਣ ਉਸ ਚੀਜ਼ ਨੂੰ ਕਿਸ ਤਰ੍ਹਾਂ ਉਸੇ ਦੀ ਗੱਲ ਕਰ ਰਹੇ ਹਾਂ 50 ਲੱਖ ਦਾ ਕੋਲਰ ਨਹੀਂ ਆਉਂਦੀ ਹੁਣੀ ਤੁਸੀਂ ਆਪਣੀ ਚੈੱਕ ਕਰਾਇਆ ਆਰਟੀਆਂ ਦਾ ਜੋ ਦਾਵਾ ਚੈੱਕ ਕਰੋ ਨਾ ਜਾ ਕੇ ਦੇਖੋ ਕਿੰਨੀ ਸਰ 72 ਘੰਟੇ ਦੀ ਜਿਹੜੀ ਆ ਇੱਕ ਟਾਈਮ ਲਿਮਿਟ ਹੁੰਦੀ ਆ 72 ਘੰਟੇ ਤੋਂ ਆਫਟਰ ਜਿਹੜਾ ਵਾ ਜਦੋਂ ਪੇਮੈਂਟ ਹੋ ਜਾਂਦੀ ਆ ਤੇ ਬਾਅਦ ਦੇ ਵਿੱਚ ਕਿ ਆਰਤੀ ਜ਼ਿੰਮੇਵਾਰ ਮੰਨੋਗੇ ਕਿ ਜਾਂ ਟ੍ਰੈਂਡਰ ਕਾਰ ਨੂੰ ਮੰਨੋਗੇ ਨਹੀਂ ਉਹ ਤਾਂ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ ਉਸੇ ਹਿਸਾਬ ਨਾਲ ਹੁੰਦਾ 72 ਘੰਟੇ ਲਿਫਟ ਨਹੀਂ 15 ਤਰੀਕ ਤੋਂ ਆੜਤੀਆਂ ਨੂੰ ਪੈਸੇ ਨਹੀਂ ਮਿਲ ਰਹੇ ਜ਼ਿੰਮੇਦਾਰਾਂ ਨੂੰ 72 ਘੰਟੇ ਸਰਕਾਰ ਕਹਿੰਦੀ ਪੈਸੇ ਦੇਵਾਂਗੇ ਤੇ ਆੜਤੀ ਨੂੰ ਪੈਸੇ ਵੀ ਨਹੀਂ ਮਿਲੇ 15 ਤਰੀਕ ਤੋਂ ਬਾਅਦ ਪੈਸੇ ਪੂਰੇ ਮਿਲ ਰਹੇ ਜੀ